ਜਿਨ੍ਹਾਂ ਨੂੰ ਕਦੀ ਕਿਸੇ ਸਿਪਾਹੀ ਨੇ ਚੌਂਕ 'ਚ ਸਲੂਟ ਨਹੀਂ ਸੀ ਮਾਰਿਆ, ਉਹ 150-150 ਬੰਦਾ ਨਾਲ ਲਈ ਫਿਰਦੀ, ਟੂ ਟੂ ਕਰਦੀ। ਰਾਣੀ ਜਿਹੜੀ ਉੱਥੋਂ ਦੀ, ਉਹ ਪਿੰਡ ਕਿਹੜਾ ਇਹਦਾ, ਸਤੌਜ ਵਾਲੀ, ਸਤੌਜ ਵਾਲੀ ਰਾਣੀ ਦੇ ਕੋਲ 50 ਗੱਡੀਆਂ ਟੂ ਟੂ ਕਰਦੀਆਂ, ਟੂ ਟੂ ਕਰਦੀਆਂ, ਲੱਤਾਂ ਇਕੱਠੀਆਂ ਕਰਕੇ ਪਹਿਲੀ ਸੀਟ ਤੇ ਬੈਠਾ ਹੁੰਦਾ, ਪਹਿਲੀ ਸੀਟ ਤੇ ਲੱਤਾਂ ਇਕੱਠੀਆਂ ਕਰਕੇ। ਤੁਹਾਨੂੰ ਪਤਾ ਹੀ ਹੈ ਲੱਤਾਂ ਇਕੱਠੀਆਂ ਕਰਕੇ ਕਿਹੜੀ ਚੀਜ਼ ਬਹਿੰਦੀ। ਆਪ ਜਾਂਦੇ ਨੇ ਸਰਤੌਜ ਵਾਲੇ ਮਹਾਰਾਜਾ ਸਾਹਿਬ, ਇਹਨਾਂ ਦਾ ਹਾਲ ਵੇਖੋ। ਇਹਦੇ ਨਾਲ 151 ਗੱਡੀਆਂ ਚੱਲਦੀਆਂ ਮੇਰੇ ਵੀਰੋ ਤੇ ਭੈਣੋ, 151। ਅਖੀਰ ਜਦੋਂ ਆਪਾਂ ਕੱਪੜਾ ਖਰੀਦਨੇ ਆ, ਉਹਦੀ ਕੁਆਲਿਟੀ ਤੋਂ ਕੀਮਤ ਲੱਗਦੀ, ਉਹ ਚੀਜ਼ ਤੇ ਆਪਾਂ ਉਹ ਲੈ ਆਉਂਦੀ। ਜਿਨ੍ਹਾਂ ਨੂੰ ਕਦੀ ਕਿਸੇ ਸਿਪਾਹੀ ਨੇ ਚੌਂਕ 'ਚ ਸਲੂਟ ਨਹੀਂ ਸੀ ਮਾਰਿਆ, ਉਹ 150-150 ਬੰਦਾ ਨਾਲ ਲਈ ਫਿਰਦੀ, ਟੂ ਟੂ ਕਰਦੀ। ਆ ਕੱਲ ਪਰਸੋਂ ਦੱਸਿਆ ਸੀ, ਰਾਣੀ ਜਿਹੜੀ ਉੱਥੋਂ ਦੀ, ਉਹ ਪਿੰਡ ਕਿਹੜਾ ਇਹਦਾ, ਸਤੌਜ ਵਾਲੀ, ਸਤੌਜ ਵਾਲੀ ਰਾਣੀ ਦੇ ਕੋਲ 50 ਗੱਡੀਆਂ ਟੂ ਟੂ ਕਰਦੀਆਂ, ਟੂ ਟੂ ਕਰਦੀਆਂ। ਫਿਰ ਫਾਇਰ ਬ੍ਰਿਗੇਡ ਨਾਲ, ਉਹ ਜਿੱਥੇ 50 ਬੰਦੇ ਗੱਡੀਆਂ 'ਚ ਇਹ ਚਾੜ ਲਏ, ਇੱਥੇ ਫਾਇਰ ਦੀ ਤਾਂ ਲੋੜ ਹੀ ਨਹੀਂ ਰਹਿ ਜਾਣੀ, ਤੇ ਤੁਰਦੀ ਫਿਰਦੀ ਇਹ ਲੋਕ ਜਿਹੜੇ ਜਿਸ ਕਿਸਮ ਦੇ ਲੈ ਕੇ ਆਉਂਦੇ ਹੋ। ਫਿਰ ਪਿੱਛੇ 2 ਬੱਸਾਂ ਲੇਡੀ ਪੁਲਿਸ ਦੀਆਂ, ਚਿੱਟੇ ਕੱਪੜੀ, ਕਿ ਕਿਤੇ ਰਾਮ ਰੌਲਾ ਪੈ ਜਾਵੇ ਤੇ ਆਲੇ ਦੁਆਲੇ ਚਿੱਟੇ ਪੁਲਿਸ ਵਾਲੇ, ਤੁਸੀਂ ਵੇਖੋ ਸਾਰੇ ਜ਼ਿਲ੍ਹੇ ਨੂੰ ਫਾਇਦਾ ਹੀ ਰੱਖਦੇ। ਆ ਜਿੱਦਣ ਆਪ ਜਾਂਦੇ ਨੇ ਸਰਤੌਜ ਵਾਲੇ ਮਹਾਰਾਜਾ ਸਾਹਿਬ, ਇਹਨਾਂ ਦਾ ਹਾਲ ਵੇਖੋ। ਇਹਦੇ ਨਾਲ 151 ਗੱਡੀਆਂ ਚੱਲਦੀਆਂ ਮੇਰੇ ਵੀਰੋ ਤੇ ਭੈਣੋ, 151। ਲੱਤਾਂ ਇਕੱਠੀਆਂ ਕਰਕੇ ਪਹਿਲੀ ਸੀਟ ਤੇ ਬੈਠਾ ਹੁੰਦਾ, ਪਹਿਲੀ ਸੀਟ ਤੇ ਲੱਤਾਂ ਇਕੱਠੀਆਂ ਕਰਕੇ। ਤੁਹਾਨੂੰ ਪਤਾ ਹੀ ਹੈ ਲੱਤਾਂ ਇਕੱਠੀਆਂ ਕਰਕੇ ਕਿਹੜੀ ਚੀਜ਼ ਬਹਿੰਦੀ। ਉੱਥੋਂ ਬੈਠਾ ਮੈਂ 2 ਵਾਰ ਵੇਖਿਆ, ਮੈਂ ਇਹ ਚੀਜ਼ ਕਿਹੜੀ ਬੈਠੀ ਹੋ। ਆਮ ਤੌਰ ਬੰਦੇ ਸੀਟ ਤੋਂ ਲੱਤਾਂ ਥੱਲੇ ਰੱਖਦੇ, ਲੱਤਾਂ ਚੁੱਕ ਕੇ ਬੈਠਾ, ਨਾਲ ਵੇਖਦਾ ਆਲੇ ਦੁਆਲੇ ਜੋ ਟੀ ਟੀ ਵੱਜਦੀ ਹੈ। ਕੋਈ ਯਾਰ ਇਹ ਸਹੀ 'ਚ ਹੋ ਗਿਆ, ਮੈਨੂੰ ਤਾਂ ਜਾਪਦਾ ਸਵੇਰੇ ਉੱਠ ਕੇ ਕਈ ਵਾਰ ਸ਼ੀਸ਼ੇ ਸਾਹਮਣੇ ਖਲੋ ਕੇ, ਹੋ ਸਕਦਾ ਆਪਣੀਆਂ ਗੱਲਾਂ ਪੁੱਟਦਾ ਵੇਖਣ ਵਾਸਤੇ ਮੈਂ ਸਹੀ ਵੇਖੀ ਜਾਂਦਾ। ਉਹ ਕੀ ਰਿਹਾ, ਜਿਹਨੂੰ ਗੀਤਾਂ ਦੇ ਵਿੱਚ ਮੁਹੰਮਦ ਸਦੀਕ ਜੀ ਦੱਸਦੇ ਹੁੰਦੇ ਸੀ, ਬਾਜਵਾ ਸਾਹਿਬ, ਜਦੋਂ ਮੈਂ ਤੇ ਰਣਜੀਤ ਕੌਰ ਅਸੀਂ ਵੱਡੇ ਅਖਾੜਿਆਂ ਵਿੱਚ ਗੀਤ ਗਾਉਂਦੇ ਸੀ, 5ਵੇਂ 6ਵੇਂ ਬਾਅਦ ਜਦੋਂ ਥੱਕ ਜਾਂਦੇ ਸੀ, ਉਹਦੇ ਨੂੰ ਕਹੀਦਾ ਸੀ ਇਹ ਭਗਵੰਤ ਨੂੰ ਲਿਆ ਯਾਰ, ਇਹ 5-7 ਚੁਟਕਲੇ ਸੁਣਾ ਦੇ ਤੇ 600 ਰੁਪਈਆ ਦਿਹਾੜੀ ਅਸੀਂ ਕਹਿੰਦੇ ਇਹਨੂੰ ਦੇਈਦੇ, 600 ਰੁਪਈਆ ਦਿਹਾੜੀ। ਹੁਣ 600 ਰੁਪਈਏ ਦਿਹਾੜੀ ਨੂੰ ਅੱਜ ਤੁਸੀਂ ਮਹਾਰਾਜਾ ਸਰਤੌਜ ਦੀ ਜਗ੍ਹਾ ਤੇ ਪਾ ਦਿੱਤਾ, ਜਿਹੜੇ ਕਹਿੰਦੇ ਸੀ ਅਸੀਂ 2-2 ਕੋਈ ਗੱਲ ਨਹੀਂ, ਇਹ ਚੱਲਦਾ ਹੀ ਰਹੇਗਾ ਕੰਮ, ਕੋਈ ਹੁਣ ਉੱਠਣ ਬਹਿਣ ਦਾ ਬਹੁਤਾ ਫਿਕਰ ਨਾ ਕਰੋ, ਕੋਈ ਚਲਾ ਗਿਆ ਕੋਈ ਆ ਗਿਆ ਚੱਲਦਾ ਰਹਿੰਦਾ। ਸੋ ਗੱਲ ਮੇਰੀ ਕਹਿੰਦੀ ਹੈ, ਮੇਰਾ ਮਕਸਦ ਇਸ, ਅਸੀਂ ਜਿਸ ਕਿਸਮ ਦੇ ਬੰਦੇ ਲੈ ਕੇ ਆਉਂਦੇ ਪੰਜਾਬ ਨੂੰ, ਮੇਰੇ ਵੀਰੋ ਤੇ ਭੈਣੋ, ਇਹ ਸਜ਼ਾ ਤੇ ਤੁਹਾਨੂੰ ਕੱਟਣੀ ਹੀ ਪੈਣੀ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।